ਲਓ ਜੀ, ਅੱਜ ਆਪਾਂ ਆਪਣੀ ਰਸੋਈ ਦੇ ਵਿੱਚ ਬਣਾਵਾਂਗੇ ਗੁੜ, ਖਸਖਸ ਅਤੇ ਖਜੂਰ ਵਾਲੇ ਚੌਲ, ਜਿਹੜੇ ਕਿ ਬਹੁਤ ਹੈਲਦੀ ਹੁੰਦੇ ਆ ਅਤੇ ਇਹ ਜ਼ੁਕਾਮ ਨਜ਼ਲੇ ਦੇ ਵਿੱਚ ਵੀ ਬਹੁਤ ਫਾਇਦੇਮੰਦ ਹੁੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡੇ ਆਪਣੇ ਚੈਨਲ ਮੋਨਾ ਢਿੱਲੋਂ ਕੁਕਿੰਗ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ। ਅੱਜ ਆਪਾਂ ਆਪਣੇ ਕਿਚਨ ਦੇ ਵਿੱਚ ਬਣਾਵਾਂਗੇ ਰੈਸਿਪੀ ਗੁੜ ਵਾਲੇ ਚੌਲ, ਜਿਹੜੇ ਖਸਖਸ ਪਾ ਕੇ ਬਣਾਉਣੇ ਆ। ਸਿਆਲ ਦੇ ਵਿੱਚ ਸਰਦੀਆਂ 'ਚ ਬਹੁਤ ਵਧੀਆ ਲੱਗਦੇ, ਅੱਜ ਕੱਲ੍ਹ ਜਿਵੇਂ ਜ਼ਿਆਦਾ ਠੰਡ ਪੈ ਰਹੀ ਆ ਅੱਜ ਕੱਲ੍ਹ ਤਾਂ ਬਹੁਤ ਵਧੀਆ ਲੱਗਦੇ ਆ, ਨਾਲੇ ਇਹਦੇ ਨਾਲ ਖਾਂਸੀ ਜ਼ੁਕਾਮ ਵੀ ਠੀਕ ਹੋ ਜਾਂਦਾ। ਨਾਲ ਸਾਡੇ ਅੱਜ ਭੈਣ ਜੀ ਆਏ ਆ ਬਟਾਲੇ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਅਤੇ ਇਹਨਾਂ ਦੀ ਵੀ ਇੱਛਾ ਗੁੜ ਵਾਲੇ ਚੌਲ ਖਾਣ ਦੀ, ਅਤੇ ਇਹਨਾਂ ਦੇ ਨਾਲ ਰਲ ਕੇ ਵੀ ਮੇਰੀ ਹੈਲਪ ਕਰਾਉਣਗੇ। ਇਹ ਬਹੁਤ ਵਧੀਆ ਕੁਕਿੰਗ ਕਰਦੇ ਆ, ਉਹ ਫਿਰ ਆਪਾਂ ਬਣਾਈਏ, ਠੀਕ ਹੈ ਜੀ। ਹਾਂਜੀ ਭੈਣ ਜੀ, ਸਾਡੇ ਖਜੂਰਾਂ ਕੱਟ ਰਹੇ ਆ, ਇਹ ਕਹਿੰਦੇ ਵੀ ਮੈਂ ਪੂਰੀ ਹੈਲਪ ਕਰਾਉਂਗੀ ਨਾਲ। ਪਹਿਲਾਂ ਵੀ ਇਹਨਾਂ ਨੇ ਕਾਫੀ ਹੈਲਪ ਕਰਾ ਦਿੱਤੀ ਆ। ਚੌਲ ਮੈਂ ਭਿਉਂ ਲਏ ਸੀਗੇ, ਅੱਧਾ ਘੰਟਾ ਭਿੱਜੇ ਰਹੇ ਚੌਲ। ਪੌਣੀ ਕੌਲੀ ਨਾਲ ਗੁੜ ਦੀ ਲੈ ਲੈਣੀ ਆ, ਗੁੜ ਮੈਂ ਪੀਸ ਕੇ ਲਿਆ ਆ। ਨਾਲ ਆਪਾਂ ਡਰਾਈ ਫਰੂਟ ਲੈ ਲਾਂਗੇ, ਇਹ ਖਜੂਰਾਂ ਲਈਆਂ ਅੱਧਾ ਕੱਪ, 4 ਚਮਚ ਬਦਾਮ ਨੇ, 4 ਚਮਚ ਕਾਜੂ ਨੇ ਅਤੇ ਅੱਧਾ ਕੱਪ ਹੀ ਨਾਰੀਅਲ ਕੱਟਿਆ ਹੋਇਆ, ਸੁੱਕਾ ਨਾਰੀਅਲ। ਨਾਲ ਆਪਾਂ 2 ਚਮਚ ਸੌਂਫ ਦੇ ਲਏ ਆ, 2 ਮੋਟੀਆਂ ਇਲਾਇਚੀਆਂ ਅਤੇ 4 ਛੋਟੀਆਂ ਇਲਾਇਚੀਆਂ, ਇਹਨਾਂ ਨੂੰ ਮੈਂ ਕਰੱਸ਼ ਕਰ ਲਿਆ ਆ, ਛੋਟੀ ਇਲਾਇਚੀ ਦੇ ਦਾਣੇ ਕੱਢ ਲਏ। ਨਾਲ 4 ਚਮਚ ਖਸਖਸ ਦੇ ਲਏ ਨੇ। ਨਾਲ ਹੀ ਆਪਾਂ 1/4 ਹਿੱਸਾ ਕੌਲੀ ਦਾ ਘਿਓ ਲੈਣਾ ਆ, ਇਹ ਮੈਂ ਦੇਸੀ ਘਿਓ ਲਿਆ ਆ, ਤੁਸੀਂ ਵੀ ਦੇਸੀ ਘਿਓ 'ਚ ਹੀ ਬਣਾਇਓ, ਇਹ ਮੈਂ ਮੈਲਟ ਕਰ ਲਿਆ ਆ। ਹੁਣ ਆਪਾਂ ਚੌਲਾਂ ਦਾ ਪ੍ਰੋਸੈਸ ਸ਼ੁਰੂ ਕਰਦੇ ਹਾਂ। ਇਹਦੇ ਵਾਸਤੇ ਪਹਿਲਾਂ ਆਪਾਂ ਚਾਸ਼ਨੀ ਬਣਾ ਲਈਏ ਗੁੜ ਦੀ। ਗੁੜ ਹਮੇਸ਼ਾ ਚਾਸ਼ਨੀ ਬਣਾ ਕੇ ਪਾਇਓ, ਕਿਉਂਕਿ ਗੁੜ ਦੇ ਵਿੱਚ ਕਈ ਵਾਰੀ ਕੱਖ ਕਣ ਜਿਹਾ ਹੁੰਦਾ ਆ, ਉਹ ਫਿਰ ਵਿੱਚ ਆ ਜਾਂਦਾ ਚੌਲਾਂ ਦੇ। ਇਹਦੇ ਵਾਸਤੇ ਆਪਾਂ 1 ਕੌਲੀ ਚੌਲਾਂ ਦੀ ਲਈ ਸੀ ਅਤੇ 2.5 ਕੌਲੀ ਜਿਹੜੀ ਉਹ ਆਪਾਂ ਪਾਣੀ ਦੀ ਪਾਵਾਂਗੇ। ਇਹਦੇ ਵਾਸਤੇ ਜਿਸ ਤਰ੍ਹਾਂ ਨਮਕ ਵਾਲੇ ਚੌਲਾਂ 'ਚ ਆਪਾਂ ਡਬਲ ਪਾਣੀ ਲੈਂਦੇ ਹਾਂ, ਇਹਦੇ ਵਿੱਚ ਥੋੜ੍ਹਾ ਜ਼ਿਆਦਾ ਲੈਣਾ ਹੁੰਦਾ, ਕਿਉਂਕਿ ਇਹ ਥੋੜ੍ਹੇ ਗਿੱਲੇ ਗਿੱਲੇ ਅਤੇ ਥੋੜ੍ਹੇ ਜ਼ਿਆਦਾ ਗਲੇ ਵਧੀਆ ਲੱਗਦੇ। ਗੁੜ ਨੂੰ ਆਪਾਂ ਪਾਣੀ ਦੇ ਵਿੱਚ ਮਿਕਸ ਹੀ ਕਰਨਾ ਆ, ਇਹਨੂੰ ਜ਼ਿਆਦਾ ਨਹੀਂ ਰਝਾਉਣਾ। ਇਹ ਬਣ ਕੇ ਤਿਆਰ ਹੋ ਗਿਆ ਜੀ। ਹੁਣ ਆਪਾਂ ਇੱਕ ਕੜਾਹੀ ਲਈ ਆ, ਕੜਾਹੀ ਦੇ ਵਿੱਚ ਆਪਾਂ ਤੜਕਾ ਲਾਵਾਂਗੇ ਚੌਲਾਂ ਨੂੰ ਡਰਾਈ ਫਰੂਟਸ ਦਾ। ਇਹਦੇ ਵਿੱਚ ਮੈਂ ਘਿਓ ਪਾ ਲਿਆ ਆ ਅਤੇ ਨਾਲ ਹੀ ਇਹਦੇ ਵਿੱਚ ਹੁਣ ਆਪਾਂ ਬਦਾਮ ਪਾ ਦਾਂਗੇ ਜਿਹੜੇ ਕੱਟ ਕੇ ਰੱਖੇ ਆ, ਅਤੇ ਨਾਲ ਹੀ ਆਪਾਂ ਕਾਜੂ ਪਾ ਦੇਵਾਂਗੇ ਅਤੇ ਨਾਲ ਹੀ ਆਪਾਂ ਨਾਰੀਅਲ ਪਾ ਦੇਵਾਂਗੇ। ਸੌਗੀ ਆਪਾਂ ਬਾਅਦ 'ਚ ਪਾਵਾਂਗੇ, ਕਿਉਂਕਿ ਸੌਗੀ ਘੱਟ ਸੇਕ ਨਾਲ ਹੀ ਰੋਸਟ ਹੋ ਜਾਂਦੀ ਆ। ਨਾਲ ਹੀ ਆਪਾਂ ਸੌਂਫ ਪਾ ਲਵਾਂਗੇ ਇੱਕ ਸਾਈਡ 'ਤੇ, 2 ਚਮਚ ਸੌਂਫ ਲਈ ਆ, ਅਤੇ ਨਾਲ ਹੀ ਆਪਾਂ ਖਸਖਸ ਅਤੇ ਇਲਾਇਚੀ ਵੀ ਪਾ ਲਵਾਂਗੇ। ਇਹ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰ ਦੇਵਾਂਗੇ ਅਤੇ ਬਿਲਕੁਲ ਹਲਕੇ ਸੇਕ 'ਤੇ ਆਪਾਂ ਰੋਸਟ ਕਰਨੇ ਆ, ਸਿਰਫ 1 ਮਿੰਟ ਵਾਸਤੇ, ਜ਼ਿਆਦਾ ਰੋਸਟ ਨਹੀਂ ਕਰਨੇ। ਅਤੇ ਮੇਰੇ ਜੇ ਚੈਨਲ ਨੂੰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ, ਨਾਲ ਬੈੱਲ ਬਟਨ ਜ਼ਰੂਰ ਦਬਾਓ ਅਤੇ ਨਾਲ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰੋ। ਨਾਲ ਹੀ ਆਪਾਂ ਇਹਦੇ ਵਿੱਚ 1 ਮਿੰਟ ਤੋਂ ਬਾਅਦ ਖਜੂਰਾਂ ਜਿਹੜੀਆਂ ਕੱਟੀਆਂ ਹੋਈਆਂ ਉਹ ਅਤੇ ਨਾਲ ਸੌਗੀ ਪਾ ਦੇਵਾਂਗੇ। ਖਜੂਰਾਂ ਦੀ ਥਾਂ 'ਤੇ ਤੁਸੀਂ ਛੁਹਾਰੇ ਵੀ ਪਾ ਸਕਦੇ ਹੋ। ਨਾਲ ਹੀ ਖਸਖਸ ਪਾ ਦੇਵਾਂਗੇ। ਇਹ ਸਾਰੇ ਸਮਾਨ ਨੂੰ ਆਪਾਂ ਥੋੜ੍ਹਾ ਜਿਹਾ ਰੋਸਟ ਕਰ ਲਵਾਂਗੇ 1 ਮਿੰਟ ਵਾਸਤੇ। ਇਸ ਗੱਲ ਦਾ ਖਿਆਲ ਰੱਖਿਓ ਕਿ ਜਿਹੜੀ ਫਲੇਮ ਤੇਜ਼ ਨਾ ਹੋਵੇ, ਡਾਰਕ ਬਰਾਊਨ ਨਾ ਹੋ ਜਾਵੇ ਡਰਾਈ ਫਰੂਟ। ਹੁਣ ਆਪਾਂ ਚੌਲ ਪਾ ਲਵਾਂਗੇ। ਚੌਲਾਂ ਦਾ ਮੈਂ ਪਾਣੀ ਨਿਤਾਰ ਲਿਆ ਸੀ। ਚੌਲ ਪਾ ਕੇ ਆਪਾਂ ਇਹਨੂੰ ਵੀ 2 ਮਿੰਟ ਵਾਸਤੇ ਭੁੰਨਾਂਗੇ ਅਤੇ ਇਹਨੂੰ ਹਲਕੇ ਹੱਥ ਨਾਲ ਹੀ ਭੁੰਨਣਾ, ਕਿਉਂਕਿ ਭਿੱਜੇ ਹੋਏ ਚੌਲ ਆ ਟੁੱਟ ਜਾਂਦੇ ਆ ਬਹੁਤ ਜਲਦੀ। ਇਸ ਤਰ੍ਹਾਂ ਇਹ ਥੋੜ੍ਹੇ ਜਿਹੇ ਰੋਸਟ ਕਰ ਲਈਏ ਦੇਸੀ ਘਿਓ ਦੇ ਵਿੱਚ, ਇਹਦਾ ਟੇਸਟ ਬਹੁਤ ਵਧੀਆ ਬਣਦਾ। ਜਿਸ ਤਰ੍ਹਾਂ ਲੂਣ ਵਾਲੇ ਬਣਾਉਣੇ, ਉਹਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਹੀ ਭੁੰਨ ਕੇ ਥੋੜ੍ਹੇ ਜਿਹੇ ਰੋਸਟ ਕਰਕੇ ਪਾਇਓ।
ਹੁਣ ਆਪਾਂ ਜਿਹੜੀ ਚਾਹਣੀ ਬਣਾਈ ਸੀ ਉਹਨੂੰ ਭੁਣ ਕੇ ਪਾਵਾਂਗੇ। ਇਹ ਭੁਣ ਕੇ ਪਾਉਣੀ ਜ਼ਰੂਰੀ ਆ ਕਿਉਂਕਿ ਇਹਦੇ ਵਿੱਚ ਕੁਛ ਤੀਲੇ ਵਗੈਰਾ ਵੀ ਹੋ ਸਕਦੇ ਆ। ਇਹਨੂੰ ਸਾਰੀ ਨੂੰ ਪੁਣ ਲੈਣਾ ਅਤੇ ਮਗਰੋਂ ਬਿਲਕੁਲ 2-3 ਚਮਚ ਜਿਹੜੇ ਆ ਛੱਡ ਦੇਣੇ ਆ, ਕਈ ਵਾਰੀ ਮਿੱਟੀ ਬੈਠੀ ਹੁੰਦੀ ਥੱਲੇ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਆ। ਦੇਖੋ ਕਿੰਨੇ ਵਧੀਆ ਲੱਗ ਰਹੇ ਆ, ਖਸ ਖਸ ਉੱਤੇ ਤਰ ਰਹੀ ਆ। ਇਹਨੂੰ ਬੋਇਲ ਆ ਗਿਆ ਆ, ਹੁਣ ਆਪਾਂ ਇਹਨੂੰ ਲੋਅ ਫਲੇਮ ਕਰਕੇ ਢੱਕ ਦੇਣਾ ਆ। ਹੁਣ ਆਪਾਂ 5 ਕੁ ਮਿੰਟ ਬਾਅਦ ਚੈੱਕ ਕਰਾਂਗੇ। ਦੇਖੋ ਚੌਲ ਜਿਹੜੇ ਫੁੱਲ ਰਹੇ ਆ, ਫਿਰ ਆਪਾਂ ਇਹਨੂੰ ਢੱਕ ਕੇ 5 ਮਿੰਟ ਲਈ ਫਿਰ ਚੈੱਕ ਕਰਾਂ 5 ਮਿੰਟ ਬਾਅਦ ਫਿਰ ਚੈੱਕ ਕਰਾਂਗੇ। ਕਾਫ਼ੀ ਹੁਣ ਬਣ ਗਏ ਆ, ਪਰ ਅਜੇ ਵੀ ਕਸਰ ਹੈਗੀ, ਥੋੜ੍ਹੇ ਜਿਹੇ ਹਿਲਾ ਦੇਵਾਂਗੇ ਤਾਂ ਕਿ ਡਰਾਈ ਫਰੂਟ ਇੱਕ ਸਾਈਡ 'ਤੇ ਜਮ੍ਹਾਂ ਨਾ ਹੋ ਜਾਵੇ ਸਾਰਾ। ਹਿਲਾਉਣਾ ਇਹਨੂੰ ਹਲਕੇ ਹੱਥ ਨਾਲ ਹੀ ਆ, ਨਹੀਂ ਤਾਂ ਚੌਲ ਟੁੱਟਣ ਦਾ ਡਰ ਰਹਿੰਦਾ। ਚੌਲ ਆਪਣੇ ਬਣ ਕੇ ਤਿਆਰ ਆ। ਹੁਣ ਆਪਾਂ ਇਹਨੂੰ ਢੱਕ ਕੇ 10 ਮਿੰਟ ਵਾਸਤੇ ਫਿਰ ਰੱਖਾਂਗੇ ਫਲੇਮ ਬੰਦ ਕਰਕੇ, ਕਿਉਂਕਿ ਥੋੜ੍ਹੇ ਜਿਹੇ ਠਹਿਰ ਕੇ ਵਧੀਆ ਹੋ ਜਾਣੇ, ਹੋਰ ਸੌਫਟ ਹੋ ਜਾਂਦੇ ਆ। ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ। ਅਤੇ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ ਨਜ਼ਲਾ, ਜ਼ੁਕਾਮ, ਸਰਦੀ ਆ ਜਾਂ ਛਾਤੀ ਰੁਕੀ ਆ, ਅਤੇ ਇਹਨਾਂ ਨੂੰ ਗਰਮ ਗਰਮ ਖਾਣਾ ਆ, ਰਜਾਈ ਦੇ ਵਿੱਚ ਬਹਿ ਕੇ ਝੁੰਗਲ ਮਾਟਾ ਮਾਰ ਕੇ, ਅਤੇ ਨਾਲ ਹੀ ਤੁਸੀਂ ਖਾ ਕੇ ਲੰਮੇ ਪੈ ਜਾਣਾ ਆ। ਅਤੇ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛਿਓ ਵੀ ਝੁੰਗਲ ਮਾਟਾ ਕਿਹਨੂੰ ਕਹਿੰਦੇ ਆ, ਅਤੇ ਫਿਰ ਮੈਂ ਤੁਹਾਨੂੰ ਕਲੀਅਰ ਕਰੂੰਗੀ। ਠੀਕ ਹੈ ਜੀ, ਇਹ ਕੰਮ ਤੁਸੀਂ ਜ਼ਰੂਰ ਕਰਨਾ ਜੇ ਤੁਹਾਨੂੰ ਸਰਦੀ ਜ਼ੁਕਾਮ ਆ। ਤੇ ਜੇ ਤੁਸੀਂ ਚੌਲ ਖਾਣਾ ਚਾਹੁੰਦੇ ਹੋ ਤੇ ਮੇਰੇ ਤਰੀਕੇ ਨਾਲ ਬਣਾ ਕੇ ਖਾਓ, ਇਹ ਤੁਹਾਨੂੰ ਬਣਾ ਕੇ ਖਾਣੇ ਪੈਣੇ ਆ। ਠੀਕ ਹੈ ਜੀ, ਭੈਣ ਜੀ ਆਏ ਆ, ਹੁਣ ਅਸੀਂ ਵੀ ਖਾਣ ਲੱਗੇ ਆ, ਉਹ ਵੀ ਬਹੁਤ ਖੁਸ਼ ਨੇ, ਬਹੁਤ ਵਧੀਆ ਸਮੈਲ ਆ ਰਹੀ ਆ। ਚਲੋ ਠੀਕ ਆ ਜੀ, ਤੁਸੀਂ ਵੀ ਬਣਾਓ ਖਾਓ, ਰੱਬ ਤੁਹਾਨੂੰ ਖੁਸ਼ ਰੱਖੇ। ਸਤਿ ਸ਼੍ਰੀ ਅਕਾਲ ਜੀ, ਰੱਬ ਰਾਖਾ, ਲਵ ਯੂ ਆਲ।